ਅਸਲਾਮ ਵਾਲੇਕਮ ਦੋਸਤੋ ਟਾਕ ਸ਼ੋਅ ਦੇਖ ਰਿਆ ਸੀ ਓਰੀਆ ਮਕਬੂਲ ਜਾਨ ਸਾਹਿਬ ਦਾ ਉਹਦੇ ਵਿੱਚ ਉਹਨਾਂ ਨੇ ਡਾਕਟਰ ਅਮਰਤ ਸਿੰਘ ਸਾਹਿਬ ਨੂੰ ਇਨਵਾਈਟ ਕੀਤਾ ਸੀ ਕੈਨੇਡਾ ਤੋਂ ਅ ਸਕਾਈਪ ਦੇ ਜ਼ਰੀਏ ਜਾਂ ਜਿਸ ਤਰ੍ਹਾਂ ਵੀ ਠੀਕ ਹੈ ਉਹਨਾਂ ਨਾਲ ਗੱਲ ਕਰਾ ਰਹੀ ਸੀ ਤੇ ਡਾਕਟਰ ਸਾਹਿਬ ਡਾਕਟਰ ਡਾਕਟਰ ਅਮਰਤ ਸਿੰਘ ਸਾਹਿਬ ਕਹਿ ਰਹੇ ਸੰਗ ਕੇ ਪਾਕਿਸਤਾਨੀਆਂ ਨੇ ਸਿੱਖ ਜਿਹੜੇ ਨੇ ਇਸ ਵਕਤ ਉਹਨਾਂ ਨੇ ਦਿੱਲੀ ਨੂੰ ਘੇਰੇ ਆ ਤੇ ਪਾਕਿਸਤਾਨ ਜਿਹੜੇ ਨੇ ਉਹ ਵੀ ਉਹ ਉਸ ਤਰੀਕੇ ਨਾਲ ਆਵਾਜ਼ ਨਹੀਂ ਠਾਰ ਰਹੇ ਜਿਸ ਤਰ੍ਹਾਂ ਉਹਨਾਂ ਨੂੰ ਠਾਣੀ ਚਾਹੀਦੀ ਉਹਨਾਂ ਦੀ ਹਮਾਇਤ ਨਹੀਂ ਕਰ ਰਹੇ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪਾਕਿਸਤਾਨੀ ਸਿੱਖਾਂ ਦੀ ਹਮਾਇਤ ਨਾ ਕਰਨ ਇਹ ਤੇ ਹੋ ਹੀ ਨਹੀਂ ਸਕਦਾ ਡਾਕਟਰ ਸਾਹਿਬ ਤੁਹਾਨੂੰ ਇਹ ਗਿਲਾ ਪਾਕਿਸਤਾਨ ਨਾਲ ਕਮਜ਼ ਕਮ ਨਹੀਂ ਸੀ ਕਰਨਾ ਚਾਹੀਦਾ ਸਿੱਖਾਂ ਦੀ ਹਮਾਇਤ ਚ ਅਗਰ ਕੋਈ ਬੰਦਾ ਹੈ ਤੇ ਉਹ ਪਾਕਿਸਤਾਨ ਦੇ ਨੇ ਠੀਕ ਹੈ ਮੁਸਲਮ ਨੇ ਠੀਕ ਹੈ ਜੀ। ਹੋਰ ਇਸ ਤੋਂ ਅੱਗੇ 20 ਲਫ਼ਜ਼ ਐ ਨੇ ਕਹਿਣ ਦੇ ਲੇਕਿਨ ਐ ਬਿੱਤਰ ਨੇ ਕਿ ਪਾਕਿਸਤਾਨ ਜੇ ਸਿੱਖਾਂ ਦੇ ਨਾਲ ਹੀ ਕੋਈ ਖਲੋਤੇ ਆ ਤੇ ਉਹ ਪਾਕਿਸਤਾਨ ਖਲੋਤੇ ਆ ਮੇਰੇ ਖਿਆਲ ਨਾਲ ਹੋਰ ਕੋਈ ਨਹੀਂ ਖਲੋਤਾ ਤੇ ਹਕੂਮਤ ਦੀ ਤਾਂ ਸ਼ਾਇਦ ਕੋਈ ਮਜਬੂਰੀ ਹੋ ਸਕਦੀ ਹੈ ਨਾਂ ਬੋਲਣੇ ਦੀ ਲੇਕਿਨ ਪਾਕਿਸਤਾਨੀ ਆਵਾਮ ਪਾਕਿਸਤਾਨ ਦੇ ਤਮਾਮ ਤੇ ਤਮਾਮ ਜਿੰਨੇ ਵੀ ਮੁਸਲਮਾਨ ਪਾਕਿਸਤਾਨੀ ਨੇ ਉਹ ਸਾਰੇ ਤੁਹਾਡੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਨੇ ਪਰ ਡਾਕਟਰ ਸਾਹਿਬ ਜਿਸ ਵੇਲੇ ਕਸ਼ਮੀਰ ਤੁਸੀਂ ਕਸ਼ਮੀਰ ਦਾ ਜ਼ਿਕਰ ਕੀਤਾ ਜਿਸ ਵੇਲੇ ਕਸ਼ਮੀਰ ਦੇ ਬੰਦਿਆਂ ਨੂੰ ਫੈਰ ਵਜਦੇ ਨੇ ਨਾ ਤੇ ਉਹ ਸਿੱਖ ਭਰਾ ਹੀ ਮਾਰ ਰਹੇ ਹੁੰਦੇ ਨੇ Hindu ਘੱਟ ਹੁੰਦੇ ਨੇ ਇਹ ਵੀ ਜਰਾ ਸੋਚਿਓ ਕਿਸ ਵੇਲੇ ਐਸ ਉੱਤੇ ਵੀ ਬੋਲਿਓ ਅਸੀਂ ਤੇ ਤੁਸੀਂ ਜਿਸ ਵੇਲੇ ਕਹੋਗੇ ਜਿੱਥੇ ਕਹੋਗੇ ਖਾਲਸਤਾਨ ਦਾ ਨਾਰਾ ਮਾਰਾਂਗੇ ਸਾਰੇ ਜਿੰਨੇ ਵੀ ਸਿੱਖ ਭਰਾ ਨੇ ਨਾ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਨਾਰਾ ਮਾਰਾਂਗੇ ਖਾਲਸਾਣ ਦਾ ਠੀਕ ਹੈ ਜੀ ਨਾ ਮਾਰਿਆ ਤੇ ਫਿਰ ਗੱਲ ਕਰਿਓ ਤੇ ਜੇ ਨਹੀਂ ਮਾਰਦੇ ਤਾਂ ਵੀ ਗੱਲ ਕਰ ਲਓ ਮਾ ਜੇ ਪਾਕ ਖਾਲਸਾਣ ਦੇ ਹੱਕ ਚ ਕੋਈ ਬੋਲਦਾ ਤੇ ਉਹ ਪਾਕਿਸਤਾਨੀ ਨੇ ਮੇਰੇ ਖਿਆਲ ਨਾਲ ਖਿਆਲ ਨਾਲ ਵੀ ਨਹੀਂ 100% ਠੀਕ ਹੈ ਜੀ ਤੇ ਡਾਕਟਰ ਸਾਹਿਬ ਇਹ ਤੁਹਾਡਾ ਗਿਲਾ ਗਲਤ ਹੈ ਤੇ ਮੇਰੇ ਡਾਕਟਰ ਸਾਹਿਬ ਇਹ ਵੀ ਗੱਲ ਜਿਹੜੀ ਹੈ ਇਦਿੱਤੇ ਗੌਰ ਕਰਿਓ ਜਿਸ ਵੇ ਕਸ਼ਮੀਰ ਚ ਜ਼ਿਆਦਾ ਫੈਰੰਗ ਹੁੰਦੀ ਏ ਤੇ ਉਹਨਾਂ ਨੂੰ ਕੌਣ ਮਾਰ ਰਿਆ ਹੁੰਦਾ ਉਹ ਸਿੱਖ ਫੌਜੀ ਹੁੰਦੇ ਨੇ ਅੱਜ ਡਾਕਟਰ ਸਾਹਿਬ ਤੁਸੀਂ ਇਹ ਕਦੀ ਨਹੀਂ ਸੁਣੋਗੇ ਕਿਸੇ ਸਿੱਖ ਉਤੇ ਕਿਸੇ ਮੁਸਲਮਾਨ ਨੇ ਫੈਰ ਕਰ ਦਿੱਤਾ ਨਹੀਂ ਮੇਰੀ ਕਾਫੀ ਸਾਰੀ ਉਮਰ ਹੋ ਚੁੱਕੀ ਹੈ ਮੈਂ ਨਹੀਂ ਸੁਣਿਆ ਠੀਕ ਹੈ ਸਾਡੇ ਪਾਕਿਸਤਾਨ ਚ ਵੀ ਬੜੇ ਬੜੇ ਸਿੱਖ ਭਰਾ ਆਪਣੇ ਨੇ ਤੇ ਅਸੀਂ ਤੇ ਉਹਨਾਂ ਨੂੰ ਆਪਣੇ ਜਿਗਰ ਸਮਝਨੇ ਆ ਐਸਾ ਮੈਂ ਤੇ ਲੇਕਿਨ ਕਸ਼ਮੀਰ ਦੇ ਵਿੱਚ ਜਿਹੜੇ ਸੋਧ ਦੇ ਵਿੱਚੋਂ 95 ਕੇਸ ਹੁੰਦੇ ਨੇ ਕਸ਼ਮੀਰੀਆਂ ਤੇ ਗੋਲੀ ਚਲਾਉਣ ਵਾਲੇ ਉਹ ਸਿੱਖ ਫੌਜੀ ਹੁੰਦੇ ਨੇ ਇਹਦੇ ਤੇ ਗੌਰ ਕਰਿਓ ਠੀਕ ਹੈ ਤੇ ਤੁਸੀਂ ਵੀ ਗਿਲਾ ਕੀਤਾ ਮੈਂ ਵੀ ਗਿਲਾ ਕਰ ਰਿਹਾ ਮੇਰੀਆਂ ਗੱਲਾਂ ਦਾ ਬੁਰਾ ਨਹੀਂ ਮਹਿਸੂਸ ਕਰਨਾ ਜਿਹੜੇ ਸਿੱਖ ਭਰਾ ਮੇਰੀ ਵੀਡੀਓ ਦੇਖਣ ਠੀਕ ਹੈ ਤੇ ਗੱਲ ਨੂੰ ਸਿਰਫ ਸਮਝਣੇ ਦੀ ਕਰਨੀ ਹੈ ਕਿ ਉਹ ਸੇਖੀ ਨੇ ਜਿਹੜੇ ਕਸ਼ਮੀਰ ਦੇ ਵਿੱਚ ਸੋਦ ਵਿੱਚ 95 ਫੈਰ ਸਿੱਖ ਮਾਰਦੇ ਪਏ ਨੇ ਕਸ਼ਮੀਰੀਆਂ ਨੂੰ ਠੀਕ ਹੈ ਤੇ ਅਸੀਂ ਅਸੀਂ ਤੇ ਬਾਬੇ ਨੂੰ ਵੀ ਆਪਣਾ ਸਮਝਨੇ ਆ ਬਾਬੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਬਾਬਾ ਸਮਝਨੇ ਆ ਅਸੀਂ ਠੀਕ ਹੈ ਇੰਨੀ ਕਿਜ਼ਤ ਅਸੀਂ ਉਹਨਾਂ ਦੀ ਕਰਨੀ ਆ ਠੀਕ ਹੈ ਤੇ ਤੁਹਾਡੇ ਬਾਤੇ ਆਪਣਾ ਕਰਤਾਰਪੁਰ ਖੋਲਿਆ ਗਿਆ ਅਸੀਂ welcom ਕੀਤਾ ਸਾਰੇ ਪਾਕਿਸਤਾਨ ਨੇ welcom ਕੀਤਾ ਜਿਸ ਵੇਸੇ ਸਿੱਖੇ ਦਰਾਏ ਯਾਤਰਾ ਉਤੇ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ welcom ਪਹਿਲਾਂ ਵੀ ਜਿਸ ਵੇਲੇ ਯਾਤਰਾ ਤੇ ਆਂਦੇ ਨੇ ਗੁਰੂ ਨਾਨਕ ਸਾਹਿਬ ਆਪਣਾ ਪੰਜਾ ਸਾਹਿਬ ਤੇ welcom ਕਰੀਦਾ ਅਰ ਮੈਂ ਨਿਕਾ ਜਾ ਹੁੰਦਾ ਸੀ ਅਸੀਂ ਗੁਜਰਾਤ ਸਟੇਸ਼ਨ ਤੋਂ ਗੱਡੀ ਲੰਘਦੀ ਸੀ ਤੇ ਦੇਖਦੇ ਸੀ ਬੰਦੇ ਗੱਡੀ ਟ੍ਰੇਨ ਦੇ ਵਿੱਚ ਨਾ ਸਿੱਖਾਂ ਨੂੰ ਪਾਣੀ ਪਿਲਾ ਰਹੇ ਹੁੰਦੇ ਸੀ ਠੀਕ ਹੈ ਤੇ ਇਹ ਪਤਾ ਮੈਂ ਤੇ ਉਨ੍ਹਾਂ ਕافيਦਰ ਤੋਂ ਬਾਹਰ ਲੇਕਿਨ ਅਸੀਂ ਸਿੱਖਾਂ ਦੇ ਨਾਲ ਆ ਤੁਸੀਂ ਕਦੀ ਵੀ ਨਹੀਂ ਸੋਚਣਾ ਕਿ ਅਸੀਂ ਸਿੱਖਾਂ ਦੇ ਨਾਲ ਨਹੀਂ ਹੈ ਸਾਡੇ ਕੋਲ ਜਿਹੜੀ ਹੋ ਸਕੀ ਇਨਸ਼ਾਅੱਲਾ ਸਿੱਖਾਂ ਦੀ ਮਦਦ ਕਰਾਂਗੇ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਜੋੜਾਂਗੇ ਅਸੀਂ ਖਾਲਸਾਤਾਨ ਜ਼ਿੰਦਾਬਾਦ ਦਾ ਨਾਰਾ ਮਾਰਾਂਗੇ ਅਸੀਂ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਮਾਰਾਂਗੇ ਅਸੀਂ ਕਸ਼ਮੀਰ ਜ਼ਿੰਦਾਬਾਦ ਦਾ ਨਾਰਾ ਮਾਰਾਂਗੇ ਠੀਕ ਹੈ ਅਮਰਤ ਸਿੰਘ ਸਾਹਿਬ ਅਸੀਂ ਤੁਹਾਡਾ ਵੀ ਨਾਰਾ ਮਾਰਾਂਗੇ ਠੀਕ ਹੈ ਜੀ ਤੇ ਤੁਹਾਡੀ ਕਾਮਯਾਬੀ ਦੀ ਦੁਆ ਕਰਨੇ ਆਸੀਂ ਸਾਰੇ ਪਾਕਿਸਤਾਨੀ ਔਰ ਅਸੀਂ ਜਿੰਨੇ ਵੀ ਪਾਕਿਸਤਾਨੀ ਆ ਅਸੀਂ ਦਿਲ ਦਿਲੋਂ ਚਾਹਨੇ ਆ ਕਿ ਖਾਲਸਤਾਨ ਬਣੇ ਠੀਕ ਹੈ ਤੇ ਸਿੱਖ ਭਰਾਵਾਂ ਨੂੰ ਇੱਕ ਮੁਲਕ ਲੱਭੇ ਤੇ ਮੇਰੇ ਤੇ ਬੜੇ ਅੱਛੇ ਦੋਸਤ ਹਨ ਉਹ ਆਪਣਾ ਹੁਣ ਦੁਨੀਆ ਤੇ ਨਹੀਂ ਹੈ ਚੋਹਾਨ ਸਾਹਿਬ ਠੀਕ ਹੈ ਬੜੀ ਉਹਨਾਂ ਨਾਲ ਅੱਛੀ ਦੋਸਤੀ ਸੀ ਮੇਰੀ ਤੇ ਉਹ ਇੱਥੇ ਹੀ ਰਹਿੰਦੇ ਸਨ ਆ ਲੇਕਿਨ ਉਹ ਕੁਝ ਸਾਲ ਹੋ ਗਏ ਦੁਨੀਆ ਤੋਂ ਚਲੇ ਗਏ ਠੀਕ ਹੈ ਤੇ ਬਾਕੀ ਜੇ ਕੋਈ ਮੇਰੀ ਗੱਲ ਇਹ ਗਲਤ ਮੈਂ ਕੋਈ ਗੱਲ ਕਹਿ ਗਿਆ ਹਾਂ ਤੇ ਸਾਰੇ ਸਿੱਖ ਭਰਾਵਾਂ ਨੂੰ ਸੌਰੀ ਕਹਿਣਾ ਲੇਕਿਨ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਕਸ਼ਮੀਰ ਜ਼ਿੰਦਾਬਾਦ ਇਹ ਨਾਰੇ ਅਸੀਂ ਲਾਂਦੇ ਰਵਾਂਗੇ ਜਿਸ ਵੇਲੇ ਸਿੱਖ ਭਰਾ ਇੱਕ ਬੋਲੇਗਾ ਖਾਲਿਸਤਾਨ ਦਾ ਨਾਰਾ ਮਾਰੇਗਾ ਇੱਕ ਸਿੱਖ ਭਰਾ ਤੇ 10 ਪਾਕਿਸਤਾਨੀ ਘਟੋ ਘਟ ਉਹਦੇ ਨਾਲ ਨਾਰਾ ਖਾਲਿਸਤਾਨ ਦਾ ਮਾਰਨਗੇ ਠੀਕ ਹੈ ਜੀ ਓਕੇ ਅੱਲਾ ਹਾਫਿਜ਼